ਮੈਂ ਪ੍ਰਭਜੋਤ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਗਈ ਹਾਂ ਜੀ ਤੁਹਾਡਾ ਆਪਣਾ ਸ਼ੋਅ ਲੈ ਕੇ ਜਿਸ ਦਿਨ ਆਇਆ ਜੀ ਸੈਰ ਪੰਜਾਬ ਦੀ ਅਤੇ ਅੱਜ ਆਪਾਂ ਸੈਰ ਕਰਨ ਆ ਗਏ ਹਾਂ ਜੀ ਪੰਜਾਬ ਦੀ ਮੇਜਰ ਸਿਟੀ ਗੁਰਦਾਸਪੁਰ ਸ਼ਹਿਰ ਦੇ ਵਿੱਚ ਦੋਸਤੋ ਗੁਰਦਾਸਪੁਰ ਸ਼ਹਿਰ ਦੀ ਜਿਹੜੀ ਖਾਸੀਅਤ ਹੈ ਜੀ ਉਹ ਹੈ ਜੀ ਇੱਥੇ ਪੰਜਾਬ ਦੇ ਦੋ ਦਰਿਆ ਵਹਿੰਦੇ ਨੇ ਜੀ ਰਾਵੀ ਅਤੇ ਬਿਆਸ ਇਸ ਦੇ ਇਤਿਹਾਸ ਦੇ ਬਾਰੇ ਮੈਂ ਥੋੜ੍ਹਾ ਜਿਹਾ ਚਾਨਣਾ ਪਾ ਦਿੰਦੀ ਹਾਂ ਜੀ ਗੁਰਦਾਸਪੁਰ ਸਿਟੀ ਨੂੰ ਜੀ ਮਹੰਤ ਗੁਰਿਆ ਜੀ ਨੇ 17ਵੀਂ ਸਦੀ ਦੇ ਵਿੱਚ ਜੀ ਜੱਟਾਂ ਤੋਂ ਜ਼ਮੀਨ ਖਰੀਦ ਕੇ ਇਸ ਸ਼ਹਿਰ ਨੂੰ ਵਸਾਇਆ ਅਤੇ ਇਸਦਾ ਨਾਂ ਰੱਖਿਆ ਜੀ ਅਦੀਨਾ ਨਗਰ ਬਟ ਸਭ ਕੁਛ ਕਾਰਨਾਂ ਕਰਕੇ ਜੀ 1 ਮਈ 1872 ਈਸਵੀ ਨੂੰ ਜੀ ਇਸਦਾ ਨਾਂ ਬਦਲ ਕੇ ਰੱਖ ਦਿੱਤਾ ਗਿਆ ਗੁਰਦਾਸਪੁਰ ਸ਼ਹਿਰ ਬਹੁਤ ਹੀ ਬਿਊਟੀਫੁਲ ਸਿਟੀ ਹੈ ਜੀ ਅਤੇ ਤੁਸੀਂ ਰੈਡੀ ਹੋ ਫਿਰ ਮੇਰੇ ਨਾਲ ਸੈਰ ਕਰਨ ਦੇ ਲਈ ਆ ਜਾਓ ਫਿਰ ਚੱਲਦੇ ਹਾਂ ਜੀ ਗੁਰਦਾਸਪੁਰ ਸ਼ਹਿਰ ਦੀ ਸਥਾਪਨਾ 17ਵੀਂ ਸਦੀ ਵਿੱਚ ਗੁਰਿਆ ਜੀ ਦੁਆਰਾ ਕੀਤੀ ਗਈ ਉਹਨਾਂ ਦੇ ਨਾਮ 'ਤੇ ਹੀ ਇਸ ਸ਼ਹਿਰ ਦਾ ਨਾਮ ਗੁਰਦਾਸਪੁਰ ਰੱਖਿਆ ਗਿਆ ਗੁਰਿਆ ਜੀ ਨੇ ਇਹ ਜ਼ਮੀਨ ਸਾਂਗੀ ਗੋਦ ਦੇ ਜੱਟਾਂ ਪਾਸੋਂ ਖਰੀਦੀ ਇਸ ਸ਼ਹਿਰ ਵਿੱਚ ਪਹਿਲਾਂ ਤੋਂ ਹੀ ਲੋਕ ਝੁੱਗੀਆਂ ਚੌਪੜੀਆਂ ਬਣਾ ਕੇ ਰਿਹਾ ਕਰਦੇ ਸਨ ਗੁਰਿਆ ਜੀ ਕੌਸ਼ਲ ਗੋਤ ਦੇ ਇੱਕ ਸਾਂਵਲ ਬ੍ਰਾਹਮਣ ਸਨ ਜੋ ਕਿ ਗੁਰਦਾਸਪੁਰ ਤੋਂ 5 ਮੀਲ ਉੱਤਰ ਵਿੱਚ ਪਨਿਆਰ ਸ਼ਹਿਰ ਨਾਲ ਸੰਬੰਧਿਤ ਸਨ ਉਹਨਾਂ ਦੇ ਪੂਰਵਜ ਬਹੁਤ ਪਹਿਲਾਂ ਅਯੁੱਧਿਆ ਤੋਂ ਆ ਕੇ ਪਨਿਆਰ ਵਿੱਚ ਵੱਸ ਗਏ ਸਨ ਗੁਰਿਆ ਜੀ ਦੇ ਦੋ ਬੇਟੇ ਸਨ ਨਵਲ ਰਾਏ ਅਤੇ ਸ਼੍ਰੀ ਭਾਲਾ ਜੀ ਨਵਲ ਰਾਏ ਦੇ ਪੁੱਤਰ ਬਾਬਾ ਦੀਪ ਚੰਦ ਜੀ ਸ਼੍ਰੀ ਗੁਰੂ ਗੋਬਿੰਦ ਸਾਹਿਬ ਦੇ ਸਮਕਾਲੀ ਹੋਏ ਨੇ ਇਹ ਕਿਹਾ ਜਾਂਦਾ ਹੈ ਕਿ ਸ਼੍ਰੀ ਗੁਰੂ ਗੋਬਿੰਦ ਸਾਹਿਬ ਨੇ ਬਾਬਾ ਦੀਪ ਚੰਦ ਨੂੰ ਗੰਜ ਬਖਸ਼ ਖਜ਼ਾਨੇ ਦਾ ਮਾਲਕ ਦਾ ਸਿਰਲੇਖ ਦਿੱਤਾ ਸੀ ਅੱਗੇ ਚੱਲ ਕੇ ਬਾਬਾ ਦੀਪ ਚੰਦ ਦੀ ਪੀੜ੍ਹੀ ਮਹੰਤ ਦੇ ਤੌਰ 'ਤੇ ਜਾਣੀ ਗਈ 10ਵੀਂ ਸਦੀ ਤੋਂ ਬਾਅਦ 1919 ਦੇ ਅੱਧ ਤੱਕ ਇੱਥੇ ਸ਼ਾਹੀ ਖਾਨਦਾਨ ਜੈਪਾਲ ਅਤੇ ਅਨੰਦਪਾਲ ਦਾ ਰਾਜ ਰਿਹਾ ਮੁਗਲ ਕਾਲ ਵਿੱਚ ਇਹ ਸ਼ਹਿਰ ਜ਼ਿਆਦਾਤਰ ਲੜਾਈਆਂ ਵਿੱਚ ਸ਼ਾਮਲ ਰਿਹਾ ਮੁਗਲ ਕਾਲ ਦੇ ਗਿਰਾਵਟ ਅਤੇ ਅੰਤ ਵਿੱਚ ਇੱਥੇ ਸਿੱਖ ਸ਼ਕਤੀ ਦਾ ਰਾਜ ਹੋਇਆ ਕੁਝ ਗੁਰੂ ਸਾਹਿਬਾਨਾਂ ਦਾ ਇਸ ਅਤੇ ਇਸ ਦੇ ਨਾਲ ਲੱਗਦੇ ਜ਼ਿਲ੍ਹਿਆਂ ਨਾਲ ਸੰਬੰਧ ਰਿਹਾ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈਸਵੀ ਨੂੰ ਲਾਹੌਰ ਵਿਖੇ ਹੋਇਆ ਅਤੇ ਉਹਨਾਂ ਦਾ ਵਿਆਹ ਬੀਬੀ ਸੁਲੱਖਣੀ ਜੀ ਨਾਲ ਬਟਾਲਾ ਸ਼ਹਿਰ ਵਿੱਚ ਹੋਇਆ ਝੂਲਣਾ ਮਹਿਲ ਦੇ ਨਾਮ ਨਾਲ ਗੁਰਦਾਸਪੁਰ ਵਿਖੇ ਇੱਕ ਕੰਧ ਅਜੇ ਵੀ ਮੌਜੂਦ ਹੈ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਰਹੀਲਾ ਦੇ ਨਾਲ ਅਤੇ ਉਸ ਤੋਂ ਬਾਅਦ ਬੰਦਾ ਬਹਾਦਰ ਦੁਆਰਾ ਇਸੇ ਸ਼ਹਿਰ ਨੂੰ ਜੰਗ ਵੇਲੇ ਬੇਸ ਸ਼ਹਿਰ ਦੇ ਤੌਰ 'ਤੇ ਇਸਤੇਮਾਲ ਕੀਤਾ ਗਿਆ ਮਹਾਰਾਜਾ ਰਣਜੀਤ ਸਿੰਘ ਲਈ ਇਹ ਸ਼ਹਿਰ ਗਰਮੀ ਦੇ 2 ਮਹੀਨੇ ਮਈ ਅਤੇ ਜੂਨ ਲਈ ਵਧੀਆ ਨਿਵਾਸ ਸਥਾਨ ਸਨ ਸੰਨ 1947 ਨੂੰ ਭਾਰਤ ਪਾਕ ਵੰਡ ਸਮੇਂ ਬਹੁਤੇ ਦਿਨ ਗੁਰਦਾਸਪੁਰ ਸ਼ਹਿਰ ਦਾ ਭਵਿੱਖ ਨਹੀਂ ਸੋਚਿਆ ਜਾ ਸਕਿਆ ਇਸ ਸ਼ਹਿਰ ਵਿੱਚ ਮੁਸਲਿਮ ਬਹੁ ਗਿਣਤੀ ਸੀ ਇਸ ਲਈ ਗੁਰਦਾਸਪੁਰ ਜ਼ਿਲ੍ਹੇ ਦੀ ਸਿਰਫ ਸ਼ਕਰਗੜ੍ਹ ਤਹਿਸੀਲ ਨੂੰ ਪਾਕਿਸਤਾਨ ਵਿੱਚ ਮਾਈਗ੍ਰੇਟ ਕੀਤਾ ਗਿਆ ਅਤੇ ਬਾਕੀ ਗੁਰਦਾਸਪੁਰ ਨੂੰ ਭਾਰਤ ਵਿੱਚ ਸ਼ਾਮਿਲ ਕੀਤਾ ਗਿਆ ਜ਼ਿਲ੍ਹੇ ਦੀ ਮੁਸਲਿਮ ਆਬਾਦੀ ਪਾਕਿਸਤਾਨ ਮਾਈਗ੍ਰੇਟ ਕੀਤੀ ਗਈ ਅਤੇ ਸਿਆਲਕੋਟ ਅਤੇ ਸ਼ਕਰਗੜ੍ਹ ਤਹਿਸੀਲ ਦੇ ਹਿੰਦੂ ਅਤੇ ਸਿੱਖਾਂ ਨੂੰ ਰਾਵੀ ਪੁਲ ਦੇ ਇਸ ਪਾਸੇ ਗੁਰਦਾਸਪੁਰ ਵਿੱਚ ਮਾਈਗ੍ਰੇਟ ਕੀਤਾ ਗਿਆ ਇਸ ਤਰ੍ਹਾਂ ਇਹ ਮਾਈਗ੍ਰੇਟ ਹੋਏ ਹਿੰਦੂ ਅਤੇ ਸਿੱਖ ਗੁਰਦਾਸਪੁਰ ਜ਼ਿਲ੍ਹੇ ਵਿੱਚ ਵੱਸ ਗਏ ਗੁਰਦਾਸਪੁਰ ਸ਼ਹਿਰ ਦੀ ਸੈਰ ਕਰਦੀ ਕਰਦੀ ਮੈਂ ਪਹੁੰਚੀ ਹਾਂ ਜੀ ਗੁਰੂ ਨਾਨਕ ਇੰਟਰਨੈਸ਼ਨਲ ਸਕੂਲ ਦੇ ਬਾਹਰ ਜੀ ਮੈਂ ਸੁਣਿਆ ਜੀ ਇੱਥੇ ਦੇ ਬੱਚਿਆਂ ਨੂੰ ਜੀ ਇੰਟਰਨੈਸ਼ਨਲ ਲੈਵਲ ਦੀਆਂ ਜੀ ਸਾਰੀਆਂ ਹੀ ਫੈਸਿਲਿਟੀਜ਼ ਦਿੱਤੀਆਂ ਜਾਂਦੀਆਂ ਨੇ ਉਹਨਾਂ ਤੋਂ ਸਮਾਰਟ ਕਲਾਸਿਸ ਦੀਆਂ ਵੀ ਫੈਸਿਲਿਟੀਜ਼ ਦਿੱਤੀਆਂ ਜਾਂਦੀਆਂ ਨੇ ਅਤੇ ਆ ਜਾਓ ਜੀ ਮੈਂ ਤੁਹਾਨੂੰ ਕਰਵਾਉਂਦੀ ਹਾਂ ਜੀ ਗੁਰੂ ਨਾਨਕ ਇੰਟਰਨੈਸ਼ਨਲ ਸਕੂਲ ਦੀ ਸੈਰ ਮੇਰੇ ਨਾਲ ਆ ਜਾਓ ਫਿਰ
ਗੁਰੂ ਨਾਨਕ ਇੰਟਰਨੈਸ਼ਨਲ ਸਕੂਲ ਦੇ ਅੰਦਰ ਜੀ ਮੈਨੂੰ ਸਕੂਲ ਦੀ ਬਿਲਡਿੰਗ ਤਾਂ ਕਾਫੀ ਸ਼ਾਨਦਾਰ ਲੱਗ ਰਹੀ ਹੈ ਔਰ ਇੱਥੇ ਦੇ ਬੱਚਿਆਂ ਦਾ ਜਿਵੇਂ ਸ਼ੋਰ ਨੂੰ ਸੁਣ ਕੇ ਇੱਦਾਂ ਲੱਗ ਰਿਹਾ ਕਿ ਉਹਨਾਂ ਨੂੰ ਪੜ੍ਹਾਈ ਦੇ ਨਾਲ ਨਾਲ ਮਤਲਬ ਐਕਸਟਰਾ ਐਕਟੀਵਿਟੀਜ਼ ਵੀ ਮਤਲਬ ਪੂਰਾ ਇੰਜੋਏ ਕਰਾਇਆ ਜਾਂਦਾ ਹੈ ਅਤੇ ਮੈਂ ਤੁਹਾਨੂੰ ਦਿਖਾਉਂਦੀ ਹਾਂ ਜੀ ਆ ਜਾਓ ਫਿਰ ਮੇਰੇ ਨਾਲ ਸਟੂਡੈਂਟਸ ਨੇ ਨਾ ਉਹ ਪੰਜਾਬੀ ਫੋਕ ਡਾਂਸ ਗਿੱਧਾ ਪੇਸ਼ ਕਰਨ ਜਾ ਰਹੀਆਂ ਨੇ ਆਪਾਂ ਕਰਦੇ ਹਾਂ ਇੰਜੋਏ ਸਾਰੇ ਤਾਂ ਗਹਿਣੇ ਮੇਰੇ ਮਾਪਿਆਂ ਨੇ ਪਾਏ ਸਾਰੇ ਤਾਂ ਗਹਿਣੇ ਮੇਰੇ ਮਾਪਿਆਂ ਨੇ ਪਾਏ ਇੱਕੋ ਤਵੀਤ ਉਹਦੇ ਘਰ ਦਾ ਨੀ ਜਦੋਂ ਲੜਦਾ ਲਾਦੇ ਲਾਦੇ ਕਰਦਾ ਨੀ ਜਦੋਂ ਲੜਦਾ ਲਾਦੇ ਲਾਦੇ ਕਰਦਾ ਨੀ ਲਾਦੇ ਲਾਦੇ ਕਰਦਾ ਨੀ ਲਾਦੇ ਲਾਦੇ ਕਰਦਾ ਨੀ ਮੇਰੇ ਸਾੜੀਏ ਬੀਏ ਪੜ ਕੇ ਬਾਗ ਮੇਰੇ ਸਾੜੀਏ ਨਖਟੂ ਮੇਰੇ ਪੱਲੇ ਪੈ ਗਿਆ ਨਖਟੂ ਮੇਰੇ ਪੱਲੇ ਪੈ ਗਿਆ ਜਿੰਦੇ ਮੇਰੀਏ ਪ੍ਰਭਜੋਤ ਕੌਰ ਪ੍ਰਭਜੋਤ ਜੀ ਕਿਹੜੀ ਕਲਾਸ ਪੜ੍ਹਦੇ ਹੋ 9th ਓਕੇ ਤੇ ਅੱਜ ਕੁਝ ਮਤਲਬ ਸਾਨੂੰ ਕਰਕੇ ਦਿਖਾਓਗੇ ਸੌਂਗ ਓਏ ਸੌਂਗ ਸੁਣਾ ਦੋ ਫਿਰ ਸੁਰਖ ਗੁਲਾਬੀ ਬੁੱਲੀਆਂ ਜਦ ਬੋਲਣੇ ਨੇ ਖੁੱਲੀਆਂ ਪਤਾ ਨਹੀਂ ਕੀ ਜਾਦੂ ਕਰਤਾ ਹੋਸ਼ਾਂ ਜਗਦੀਆਂ ਭੁੱਲੀਆਂ ਤੂੰ ਮਿੱਠੇ ਮਿੱਠੇ ਬੋਲਾਂ ਨਾਲ ਦਿਲ ਮੇਰਾ ਠੱਗੀ ਜਾਵੇਂ ਮੈਂ ਜਿੰਨਾ ਤੈਨੂੰ ਦੇਖੀ ਜਾਂ ਤੂੰ ਓਨੀ ਸੋਹਣੀ ਲੱਗੀ ਜਾਂ ਬੜੇ ਚੇਤੇ ਆਉਂਦੇ ਨੇ ਯਾਰ ਅਣਮੁੱਲੇ ਹਵਾ ਦੇ ਬੁੱਲੇ ਸੀ ਮੌਜਾਂ ਕਰਦੇ ਕਾਲਜੀ ਪੜ੍ਹਦੇ ਸੀ ਨਾਲ ਟਕਾਈ ਵੇ ਉਮਰ ਜਵਾਨੀ ਉਹ ਦੁਨੀਆਂ ਵੱਖਰੀ ਸੀ ਜੀ ਲੜੇ ਲੜਾਈਆਂ ਨਾ ਹੋਣ ਪੜਾਈਆਂ ਸਾਰਾ ਦਿਨ ਕਰਨੀ ਕਿਸੇ ਦਾ ਡਰਨੀ ਗੁਲਾਬਾਂ ਵਰਗੀ ਉਦੋਂ ਸਭ ਗਾਨੀ ਉਹ ਦੁਨੀਆਂ ਵੱਖਰੀ ਸੀ ਜੀ ਲੜੇ ਲੜਾਈਆਂ ਨਾ ਹੋਣ ਕਮਾਲ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਹੈਲੋ ਜੀ ਕੀ ਨਾਮ ਹੈ ਜੀ ਤੁਹਾਡਾ ਰਾਘਵ ਸ਼ਰਮਾ ਰਾਘਵ ਤੁਸੀਂ ਅੱਜ ਸਾਨੂੰ ਕੀ ਕਰਕੇ ਦਿਖਾ ਰਹੇ ਹੋ ਮੈਂ ਵੀ ਆਪਕੋ ਸੌਂਗ ਸੁਣਾਉਂਗੀ ਸੌਂਗ ਸੁਣਾਓਗੇ ਹੋ ਜਾਓ ਸ਼ੁਰੂ ਜਾਣ ਜਾਣ ਖੰਗਦੀਏ ਛੇੜ ਛੇੜ ਨੰਗਦੀਏ ਅਸੀਂ ਜਿੰਦਿਆਂ ਯਾਰਾਂ ਉੱਤੋਂ ਵਾਰ ਦੇ ਤੂੰ ਫਾਲਦੀਏ ਮਿੱਤਰਾਂ ਤੋਂ ਕੈਸ਼ ਗੋਰੀਏ ਮੁੰਡਾ ਸੋਹਣੀਏ ਸੋਹਣੀਏ ਮੁੰਡਾ ਸੋਹਣੀਏ ਸੋਹਣੀਏ ਮੁੰਡਾ ਸੋਹਣੀਏ ਨੀ ਆਈਫੋਨ ਵਰਗਾ ਜਣੀ ਖਣੀ ਨਾ ਖਣੀ ਨਾ ਜਣੀ ਖਣੀ ਨਾ ਖਣੀ ਨਾ ਜਣੀ ਖਣੀ ਨਾਲ ਹੁੰਦਾ ਨੀ ਅਟੈਚ ਗੋਰੀਏ ਗੁਰਦਾਸਪੁਰ ਸੈਰ ਦੀ ਸੈਰ ਕਰਦੇ ਕਰਦੇ ਜੀ ਮੇਰਾ ਹੁਣ ਬਣ ਚੁੱਕਾ ਹੈ ਸ਼ੋਪਿੰਗ ਦਾ ਮੋਡ ਅਤੇ ਮੈਂ ਇਸੇ ਲਈ ਆ ਗਈ ਹਾਂ ਜੀ ਸੋਹੋ ਵਾਲੀ ਸ਼ੋਪਿੰਗ ਕੰਪਲੈਕਸ ਜਿੱਥੇ ਕਿ ਬਣਿਆ ਹੋਇਆ ਜੀ ਏ ਸੀ ਕਲੈਕਸ਼ਨ ਦੁਰਾਂਗਲਿਆਂ ਵਾਲਿਆਂ ਦੀ ਹੱਟੀ ਜਿੱਥੇ ਕਿ ਮੈਂ ਤੁਹਾਨੂੰ ਦਿਲਵਾਉਣ ਵਾਲੀ ਹਾਂ ਜੀ ਖੂਬਸੂਰਤ
ਸ਼ਾਨਦਾਰ ਸੂਟ, ਸਾਰੀਜ਼, ਲਹਿੰਗੇ, ਵਿੰਟਰ ਸੂਟਸ, ਬਹੁਤ ਸਾਰਾ ਮਤਲਬ ਹੋਰ ਵੀ ਬਹੁਤ ਕੁਛ ਹੈ ਜੀ ਇੱਥੇ ਦੇਖਣ ਨੂੰ, ਅਤੇ ਮੈਂ ਤੁਹਾਨੂੰ ਕਰਵਾਉਣ ਵਾਲੀ ਹਾਂ ਜੀ ਏ ਸੀ ਕਲੈਕਸ਼ਨ ਦੁਰਾਂਗਲਿਆਂ ਵਾਲੀ ਹੱਟੀ ਦੀ ਸੈਰ ਮੇਰੇ ਨਾਲ, ਆ ਜਾਓ ਫਿਰ। ਵੇਖ ਸਕਦੇ ਹੋ ਜੀ ਇਹ ਹੈ ਜੀ ਖੂਬਸੂਰਤ ਅਨਾਰਕਲੀ ਸੂਟ ਏ ਸੀ ਕਲੈਕਸ਼ਨ ਦੀ। ਮੈਂ ਤੁਹਾਨੂੰ ਦੱਸਦਾ ਜੀ ਇਹਦੀ ਦੀ ਮਤਲਬ ਇੱਥੇ ਦੀ ਸਾਰੇ ਹੀ ਡਿਜ਼ਾਇਨਸ ਜਿਹੜੇ ਨੇ, ਸਾਰੀ ਹੀ ਮਤਲਬ ਇੱਥੇ ਦੀ ਜਿਹੜੀ ਵਰਾਇਟੀ ਹੈ ਸੂਟਸ ਦੀ, ਸਾੜੀਜ਼ ਦੀ, ਲਹਿੰਗਿਆਂ ਦੀ, ਇਹ ਸਭ ਕੁਛ ਜੀ ਦਿੱਲੀ ਤੋਂ ਕਲੈਕਟ ਕੀਤਾ ਜਾਂਦਾ ਹੈ ਜੀ। ਮਤਲਬ ਇੱਥੇ ਦੇ ਜਿਹੜੇ ਮੈਨੂਫੈਕਚਰਰ ਨੇ ਦੇ ਆਰ ਆਲ ਫਰੋਮ ਦਿੱਲੀ। ਮੈਂ ਸੂਟ ਸਾਰੀ ਤਾਂ ਤੁਹਾਨੂੰ ਬਹੁਤ ਦਿਖਾਤੇ ਜੀ, ਬੜੇ ਹੀ ਖੂਬਸੂਰਤ ਨੇ, ਮੈਨੂੰ ਪਤਾ ਤੁਹਾਨੂੰ ਕਾਫੀ ਪਸੰਦ ਵੀ ਆਏ ਹੋਏ ਨੇ ਜੀ। ਅਤੇ ਜਿਹੜੀ ਸਭ ਇਹ ਸਾਰਾ ਕੁਛ ਕਲੈਕਟ ਕਰਦੇ ਨੇ ਤੁਹਾਡੇ ਲਈ, ਉਹਨਾਂ ਨੂੰ ਮਿਲਣਾ ਤਾਂ ਬਣਦਾ ਹੈ ਨਾ, ਯਾਨੀ ਕਿ ਏ ਸੀ ਕਲੈਕਸ਼ਨ ਦੇ ਓਨਰ ਨੂੰ ਮਿਲਣਾ ਤਾਂ ਬਣਦਾ ਹੀ ਹੈ ਨਾ। ਅਤੇ ਚਲੋ ਜੀ ਮੈਂ ਤੁਹਾਨੂੰ ਮਿਲਵਾਉਣੀ ਹਾਂ ਏ ਸੀ ਕਲੈਕਸ਼ਨ ਦੇ ਓਨਰ ਦੇ ਨਾਲ, ਆ ਜਾਓ ਫਿਰ। ਸੋ ਫਰੈਂਡਸ, ਵੇਟ ਇਜ਼ ਓਵਰ ਜੀ, ਮੇਰੇ ਨਾਲ ਮੌਜੂਦ ਨੇ ਜੀ ਏ ਸੀ ਕਲੈਕਸ਼ਨ ਦੁਰਾਂਗਲਿਆਂ ਵਾਲੀ ਹੱਟੀ ਦੇ ਓਨਰ ਮਿਸਟਰ ਮਨੁਜ ਮਹਾਜਨ ਜੀ। ਹੈਲੋ ਸਰ ਜੀ। ਗੁਰਦਾਸਪੁਰ ਸ਼ਹਿਰ ਦੇ ਵਿੱਚ ਜੀ ਮਤਲਬ ਬਹੁਤ ਨਾਮ ਸੁਣਿਆ ਹੈ ਜੀ ਤੁਹਾਡੀ ਇਸ ਸ਼ੌਪ ਦਾ, ਤੇ ਕੀ ਖਾਸ ਗੱਲ ਹੈ? ਖਾਸ ਗੱਲ ਵਰਾਇਟੀ ਹੈ ਜੀ ਮੇਨ ਤਾਂ, ਰੇਟ ਰੀਜ਼ਨੇਬਲ ਨੇ। ਹਾਂਜੀ। ਤੇ ਇਹਨੇ ਪਿਆਰੇ ਪਿਆਰੇ ਡਿਜ਼ਾਈਨਸ ਤੁਸੀਂ ਕਲੈਕਟ ਕਰਦੇ ਹੋ, ਮਤਲਬ ਇਹ ਜਿਹੜੀ ਕਸਟਮਰਸ ਨੇ ਉਹ ਪੂਰੇ ਸੈਟੀਸਫਾਈਡ ਹੁੰਦੇ ਨੇ? ਬਿਲਕੁਲ ਮੈਡਮ, ਸੈਟੀਸਫਾਈਡ ਹੁੰਦੇ ਆ, ਤੇ ਦੂਸਰੀ ਜੀ ਮਾਲ ਟਰਨਓਵਰ ਹੁੰਦੀ ਹੈ। ਜੀ 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 ਬਿਲਕੁਲ। ਤੇ ਸਰ ਹੋਰ ਵੀ ਕੁਝ ਦੱਸੋ ਕਿ ਮਤਲਬ ਕਸਟਮਰਸ ਨੂੰ ਕੀ ਕੀ ਚੰਗਾ ਲੱਗਦਾ ਹੈ, ਕਿ ਅੱਜ ਕੱਲ ਜਿਹੜੇ ਲਾਈਕ ਲੇਡੀਜ਼ ਕੀ ਫੈਬਰਿਕ ਪਸੰਦ ਕਰਦੀਆਂ ਨੇ? ਲੇਡੀਜ਼ ਟਾਈਮ ਨਾਲ ਚੇਂਜ ਹੋਈ ਜਾਈਦਾ, ਹੁਣ ਜਿੱਦਾਂ ਫਰੋਕ ਸੂਟ ਦਾ ਟ੍ਰੈਂਡ ਆ ਗਿਆ, ਹੁਣ ਫਰੋਕ ਸੂਟ ਸ਼ੁਰੂ ਕਰ ਦਿੱਤਾ, ਲੇਡੀਜ਼ ਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ ਹੈ, ਹਰ ਚੀਜ਼ ਹਰ ਜਗ੍ਹਾ ਸਾਡੇ ਕੋਲ ਮਿਲ ਜਾਏਗੀ ਇੱਥੋਂ। ਚਲੋ ਜੀ, ਥੈਂਕ ਯੂ ਸੋ ਮਚ ਜੀ ਮਨੁਜ ਜੀ। ਸੋ ਦੋਸਤੋ, ਇਹ ਸੀ ਜੀ ਏ ਸੀ ਕਲੈਕਸ਼ਨ ਦੁਰਾਂਗਲਿਆਂ ਵਾਲੀ ਹੱਟੀ ਦੇ ਓਨਰ ਮਿਸਟਰ ਮਨੁਜ ਮਹਾਜਨ ਜੀ, ਜਿਹਨਾਂ ਨਾਲ ਕੀਤੀ ਆਪਾਂ ਗੱਲਬਾਤ, ਤੇ ਹੁਣ ਆਪਾਂ ਚੱਲਦੇ ਹਾਂ ਗੁਰਦਾਸਪੁਰ ਸ਼ਹਿਰ ਦੀ ਸੈਰ ਕਰਦੇ ਕਰਦੇ ਅਗਲੇ ਵੈਨਿਊ ਤੇ। ਲਓ ਜੀ ਦੋਸਤੋ, ਆ ਗਿਆ ਜੀ ਠੰਡਾ ਠੰਡਾ ਮੌਸਮ, ਤੇ ਇਸ ਸਰਦੀਆਂ ਦੇ ਮੌਸਮ ਦੇ ਵਿੱਚ ਤੁਹਾਡੀ ਸਿਹਤ ਦਾ ਖਿਆਲ ਰੱਖਣ ਦੇ ਲਈ ਜੀ ਮੈਂ ਆ ਗਈ ਹਾਂ ਗੁਰਦਾਸਪੁਰ ਸ਼ਹਿਰ ਦੇ ਮੇਨ ਬਾਜ਼ਾਰ ਦੇ ਵਿੱਚ ਜੀ। ਉੱਥੇ ਹੈ ਜੀ ਰੰਜੂ ਦੀ ਹੱਟੀ, ਜਿੱਥੇ ਕਿ ਤੁਹਾਨੂੰ ਮਿਲਣਗੇ ਜੀ ਵਿੰਟਰ ਕਲੋਥਸ ਵਰਧਮਾਨ ਐਂਡ ਡਿਊਕ ਬ੍ਰਾਂਡ ਦੇ। ਆ ਜਾਓ ਜੀ, ਮੈਂ ਤੁਹਾਨੂੰ ਦਿਖਾਉਂਦੀ ਹਾਂ ਕਿ ਕਿਹੜੀ ਕਿਹੜੀ ਵਰਾਇਟੀ ਇੱਥੇ ਹੋਰ ਵੀ ਮਿਲਦੀ ਹੈ, ਅਤੇ ਨਾਲੇ ਮੈਂ ਤੁਹਾਨੂੰ ਕਰਾਉਂਦੀ ਹਾਂ ਇਸ ਰੰਜੂ ਦੀ ਹੱਟੀ ਦੀ ਸੈਰ। ਸਕਦੇ ਹੋ ਜੀ ਇੱਥੇ ਕਿੰਨੀ ਕਲਰਫੁੱਲ ਮਤਲਬ ਇੱਥੇ ਵਰਧਮਾਨ ਬ੍ਰਾਂਡ ਦੇ ਜੀ ਊਨ ਪਈਆਂ ਹੋਈਆਂ ਨੇ ਜੀ। ਤੁਹਾਨੂੰ ਯਾਦ ਹੈ ਤੁਹਾਡੀ ਮਤਲਬ ਦਾਦੀ ਅਮਾ ਨਾਨੀ ਅਮਾ ਜੀ ਛੋਟੇ ਹੁੰਦੇ ਤੁਹਾਡੇ ਲਈ ਸਵੈਟਰ ਬੁੰਦੀਆਂ ਹੁੰਦੀਆਂ ਸੀ, ਮਤਲਬ ਇਹ ਤੇ ਅੱਜ ਵੀ ਜੀ ਮਤਲਬ ਉਹੀ ਸਭ ਕੁਝ ਬਰਕਰਾਰ ਰੱਖਣ ਦੇ ਲਈ ਜੀ ਰੇਡੀ ਹੈ ਜੀ ਰੰਜੂ ਦੀ ਹੱਟੀ ਜਿਹੜੀ ਹੈ, ਇੱਥੇ ਤੁਹਾਨੂੰ ਮਿਲਣਗੇ ਜੀ ਵਰਧਮਾਨ ਬ੍ਰਾਂਡ ਦੇ ਜੀ ਊਨ ਔਰ ਕਲਰਫੁੱਲਸ ਮਤਲਬ ਹਿਊਜ ਕਲਰਸ, ਜਿਹੜੀ ਵੀ ਤੁਸੀਂ ਕਲਰ ਦੇ ਸਵੈਟਰ ਬਣਾਉਣਾ ਚਾਹੁੰਦੇ ਹੋ ਮਤਲਬ ਸਭ ਕੁਛ ਹੈ ਜੀ ਇੱਥੇ। ਤੇ ਆ ਜਾਓ ਜੀ, ਮੈਂ ਤੁਹਾਨੂੰ ਹੋਰ ਵੀ ਕੁਝ ਦਿਖਾਉਂਦੀ ਹਾਂ ਅੱਗੇ। ਲਓ
ਜੀ ਸ਼ਰਗਸ ਹੈ ਕਮਾਲ ਦੇ ਸ਼ਰਗਸ ਹੈ ਨਾ ਸਟਾਈਲਿਸ਼ ਜਿੱਦਾਂ ਨੇ ਤੁਸੀਂ ਅੱਜ ਕੱਲ੍ਹ ਮਤਲਬ ਪਾਲ ਰਹੇ ਹੋ ਨਾ ਵਿੰਟਰ ਦੇ ਵਿੱਚ ਇਹ ਵਿੰਟਰ ਕਲੋਥ ਜੀ ਇੱਥੇ ਕਮਾਲ ਦੇ ਨੇ ਹੇ ਫਰੈਂਡਸ ਮੈਂ ਹੁਣ ਆ ਗਈ ਅੱਜ ਡਿਊਕ ਡਿਪਾਰਟਮੈਂਟ ਦੇ ਵਿੱਚ ਅਤੇ ਆਪਾਂ ਇੱਥੇ ਵੀ ਦੇਖਦੇ ਹਾਂ ਕਿ ਕੀ ਕੁਛ ਹੈ ਜੀ ਦੇਖਣ ਨੂੰ ਆ ਜਾਓ ਫਿਰ ਤੁਸੀਂ ਮੈਨੂੰ ਪਤਾ ਹੈ ਜੀ ਅੱਜ ਕੱਲ੍ਹ ਜੀ ਪਸੰਦ ਕਰ ਰਹੇ ਹੋ ਵੂਲਨ ਕਲੋਥਸ ਜਿਹੜੇ ਵੂਲਨ ਕੁੜਤਾਸ ਨੇ ਮੈਂ ਤੁਹਾਨੂੰ ਦਿਖਾ ਰਹੀ ਹਾਂ ਔਰ ਤੁਸੀਂ ਵੇਖ ਲਓ ਕਿ ਕਿੰਨੀ ਪਿਆਰੀ ਡਿਜ਼ਾਇਨਿੰਗ ਹੈ ਜੀ ਕੁੜਤੇ ਦੇ ਦੀ ਔਰ ਇਸ ਤੋਂ ਇਲਾਵਾ ਜੀ ਮੈਂ ਤੁਹਾਨੂੰ ਦੱਸਦਾ ਜੀ ਚੀਪੈਸਟ ਪ੍ਰਾਈਜ਼ ਹੈ ਔਰ ਬ੍ਰਾਂਡਿਡ ਹੈ ਡਿਊਕ ਬ੍ਰਾਂਡ ਵਰਧਮਾਨ ਬ੍ਰਾਂਡ ਇੱਥੇ ਤੁਹਾਨੂੰ ਵਿੰਟਰ ਕਲੋਥਸ ਮਿਲਣਗੇ ਵੀ ਇੱਥੇ ਤਾਂ ਬਹੁਤ ਸਾਰੀ ਵਰਾਇਟੀ ਹੈ ਜੀ ਵੂਲਨ ਕਲੋਥਸ ਦੀ ਆਈ ਹੋਪ ਜੀ ਤੁਹਾਨੂੰ ਇੱਥੇ ਸਭ ਕੁਝ ਬਹੁਤ ਪਸੰਦ ਆਇਆ ਹੋਣਾ ਹੈ ਅਤੇ ਇਸਦੇ ਨਾਲ ਹੀ ਮੈਂ ਹੁਣ ਚੱਲ ਰਹੀ ਹਾਂ ਜੀ ਗੁਰਦਾਸਪੁਰ ਸ਼ਹਿਰ ਦੀ ਸੈਰ ਕਰਦੇ ਕਰਦੇ ਅਗਲੇ ਪਲੇਸ 'ਤੇ ਆ ਜਾਓ ਫਿਰ सेहत है तो जिंदगी है और जब सेहत की बात होगी तो पुखराज एलोवेरा से शुरुआत होगी जो न केवल आपको बीमारियों से बचाए बल्कि स्वस्थ और खूबसूरत भी बनाए पुखराज ਲਓ ਜੀ ਦੋਸਤੋ ਤੁਹਾਡੀ ਕਾਦੀ ਜ਼ਰੂਰ ਤੁਹਾਨੂੰ ਪੂਰਾ ਕਰਨ ਦੇ ਲਈ ਜੀ ਮੈਂ ਆ ਗਈ ਹਾਂ ਗੁਰਦਾਸਪੁਰ ਸ਼ਹਿਰ ਦੀ ਜੀ ਮੇਨ ਇਲੈਕਟ੍ਰੋਨਿਕ ਮੇਗਾ ਸਟੋਰ ਦੇ ਬਾਹਰ ਜਿਸ ਦਿਨ ਆਇਆ ਜੀ ਭਾਰਤ ਰੇਡੀਓ ਇਲੈਕਟ੍ਰੋਨਿਕ ਮੇਗਾ ਸਟੋਰ ਜਿੱਥੇ ਕਿ ਤੁਹਾਨੂੰ ਮਿਲਣਗੇ ਜੀ ਊਸ਼ਾ ਖੈਤਾਨ ਫਿਲਿਪਸ ਦੀਆਂ ਇਲੈਕਟ੍ਰੋਨਿਕ ਆਈਟਮਸ ਅਤੇ ਮੈਂ ਤੁਹਾਨੂੰ ਹੁਣ ਕਰਾਵਾਂਗੀ ਜੀ ਇਸ ਸਟੋਰ ਦੀ ਸੈਰ ਮੇਰੇ ਨਾਲ ਆ ਜਾਓ ਜੀ ਫਿਰ ਤੁਸੀਂ ਵੇਖ ਸਕਦੇ ਹੋ ਜੀ ਇੱਥੇ ਮੇਰੇ ਸਾਹਮਣੇ ਪਈਆਂ ਹੋਈਆਂ ਐਲ ਜੀ ਬ੍ਰਾਂਡ ਦੀਆਂ ਜੀ ਰੈਫਰੀਜੇਟਰਸ ਸ਼ਾਨਦਾਰ ਅਲਟੀਮੇਟ ਕਲਰਸ ਤੁਸੀਂ ਵੇਖੋ ਕਿ ਕਿੰਨੇ ਪਿਆਰੇ ਪਿਆਰੇ ਕਲਰਸ ਦੇ ਵਿੱਚ ਅਵੇਲੇਬਲ ਨੇ ਜੀ ਰੈਫਰੀਜੇਟਰਸ ਜੇ ਆਪਾਂ ਕਹਿ ਦਈਏ ਜ਼ਰੂਰਤਾਂ ਦੀ ਗੱਲ ਕਰੀਏ ਜੀ ਅਤੇ ਦੂਜਾ ਨੰਬਰ ਆਉਂਦਾ ਹੈ ਵਾਸ਼ਿੰਗ ਮਸ਼ੀਨਸ ਦਾ ਹੈ ਅੱਛਾ ਜੀ ਮੈਂ ਤੁਹਾਨੂੰ ਦਿਖਾ ਦਿੰਦੀ ਹਾਂ ਮੈਂ ਜੀ ਮੌਜੂਦ ਹਾਂ ਭਾਰਤ ਸਟੋਰ ਦੀ ਜੀ ਐਲ ਈ ਡੀ ਸੈਕਸ਼ਨ ਦੇ ਵਿੱਚ ਅਤੇ ਮੈਂ ਤੁਹਾਨੂੰ ਦੱਸਦੇ ਹਾਂ ਜੀ ਇੱਥੇ ਮੈਨੂੰ ਬਹੁਤ ਹੀ ਸ਼ਾਨਦਾਰ ਐਲ ਈ ਡੀਜ਼ ਐਲ ਸੀ ਡੀਜ਼ ਨਜ਼ਰ ਆ ਰਹੀਆਂ ਨੇ ਜੀ 3D ਸਮਾਰਟ ਕਲਾਸਿਸ ਮਤਲਬ ਜਿਹੜੀਆਂ ਕਿ ਤੁਹਾਨੂੰ ਇੱਥੇ ਦੇਖਣ ਨੂੰ ਮਿਲਣਗੀਆਂ ਜੀ ਐਲ ਜੀ ਬ੍ਰਾਂਡ ਦੀਆਂ ਐਲ ਈ ਡੀਜ਼ ਭਾਰਤ ਰੇਡੀਓ ਇਲੈਕਟ੍ਰੋਨਿਕ ਮੇਗਾ ਸਟੋਰ ਦੀ ਇੱਕੋ ਹੀ ਮੇਗਾ ਸਟੋਰ ਹੈ ਜੀ ਗੁਰਦਾਸਪੁਰ ਸ਼ਹਿਰ ਦੇ ਵਿੱਚ ਜਿੱਥੇ ਕਿ ਤੁਹਾਨੂੰ ਆਪਣੇ ਘਰ ਦੀ ਹਰੇਕ ਚੀਜ਼ ਮਿਲ ਜਾਏਗੀ ਉਹ ਵੀ ਵਧੀਆ ਬ੍ਰਾਂਡ ਦੇ ਵਿੱਚ ਹੋਰ ਕੀ ਤੁਹਾਨੂੰ ਚਾਹੀਦਾ ਇਸ ਦੇ ਨਾਲ ਹੀ ਆਪਾਂ ਚੱਲਦੇ ਹਾਂ ਗੁਰਦਾਸਪੁਰ ਸ਼ਹਿਰ ਦੀ ਸੈਰ ਕਰਦੇ ਕਰਦੇ ਅਗਲੇ ਪਲੇਸ 'ਤੇ ਆ ਜਾਓ ਜੀ ਫਿਰ
So friends, Gurdaspur Shahar di sair karte karte main pahunchi haan Chanakraj Kamal & Sons Jewelry House de bahar ji. Gurdaspur Shahar da na eh famous jewelry house hai jithe main tuhanu leke aayi haan ji. Main tuhanu karwaan wali haan ji itthe khoob sari shopping of jewelry, matlab latest designs aaye hoye ne ji. Itthe dekhde haan andar chal ke ki kehdi kehdi variety hai jewelry di, te naal hi main tuhanu karwaani haan is house di sair mere naal. दोस्तों मेरे सामने पेश है जी जनक राज कंवल एंड सन्स दे जी, ये खूबसूरत गोल्ड दे डिजाइंस, गोल्ड दे नेकलेसेस मेरे सामने पए हुए ने जी, ते मेरी जिहड़ी वेयर किए हुए ने ना ये जी लोटन है, तो इनू खरीदने लिए जी ने तुहानू गुरदासपुर शहर दे विच आना पएगा जी इस ज्वेलरी हाउस दे उत्ते। मैं तुहानू दस दिया जी इत्थे गोल्ड दे डिजाइनस मैनू बहुत ही शानदार लग रहे ने। मेरे सामने पिया है जी ये खूबसूरत जी जड़ाऊ सैट, लुक है ना खूबसूरत, और विद पिपल पत्ती है जी, और ये मतलब ये जिहड़े ट्रेडिशनल डिजाइनस ने कितने ना कितने गवास गए ने, है ना कितने गुम हो गए ने, साडा कल्चर इन्हां नाल जुड़िया होया सी जी, ते इन्हां ने साडा कल्चर ही पक्का संभाल के रख्या होया है जी इन्हां ज्वेलरी दे नाल, है ना। ते इस तों इलावा जी तुहानू दिखानी है ए पछाणो तां की है, मैं तुहाडी नॉलेज नूं वधाउण दे लई मैं तुहानू दस ही दिन्नी हां जी, ये है जी साडा ट्रेडिशनल गहना जी, ट्रेडिशनल ऑर्नामेंट जिसनूं कैंठा कहा जांदा है ना, आ गया याद। हां इस दे नाल ही जी हुण आपां चलदे हां जी जनक राज कंवल एंड सन्स ज्वेलरी हाउस दी मैनेजमेंट टीम दे कोल, ते उहनां नाल करदे हां कुछ गलबात। चलिए जी फिर सो फ्रेंड्स मेरे नाल मौजूद ने जी जनक राज कंवल एंड सन्स ज्वेलरी हाउस दे ओनर श्री जनक राज जी, ते नाल ने उहनां दे बेटे मिस्टर ललित एंड नवनीत जी। हैलो सर। हेलो सर, गुरदासपुर शहर के विच जी तुहाडे ज्वेलरी हाउस का जी बहुत नाम सुनया है, कदों तो मतलब ये बिजनेस स्टार्ट किया तुसे? ये काफी देर पुराना है, तकरीबन सवा सौ साल। ओ सवा सौ साल पुराना सर ये बिजनेस, मतलब हुण दे समय दे विच ते पुराने समय दे विच तुसी की अंतर लभदे हो? ओ अंतर वक्त दे नाल बदलदे हुंदे, डिजाइन भी वो सारा कुछ। हां जी, जो फैशन हो गया उसके मुताबिक ज्वेलरी भी बदलती है। ललित जी तुसी की कहना चाहोगे जी अपनी ज्वेलरी हाउस के बारे की, मतलब कस्टमर्स नु की तुसी सर्विसेज प्रोवाइड कराने हो? थे कस्टमर असी वाला दी पूरी सैटिस्फैक्शन कराने हां, साडा मेन मोटो है कि भी अच्छी क्वालिटी कस्टमर दईए, और उन्होंने पूरी सैली करिए, अच्छे डिजाइन दईए उन्होंने, और उन्होंने हर तरीके का सैटिस्फैक्शन होनी चाहिए है, तो साडा मेन मोटो भी उही है कस्टमर नु सैटिस्फाई करके भेजना। असी ज्वेलरी हाउस बारे अपने बारे यह कहना चाहोंगे कि असी अपने कस्टमर ने उन्होंने ज्वेलरी जी देने हैं बिल्कुल प्योर प्योरिटी के हिसाब नाल देने हैं, हाल मार्क ज्वेलरी नाल प्रोवाइड करने हैं, बाकी किसी किस्म की कोई कंप्लेट ना आए अपने कोशिश यही होंगी है देने की। जनक सर तुसी दसो जी अपने ज्वेलरी हाउस बारे होर की कहना चाहोगे? होर कहना भी बच्चे साढ़े काम करते हैं बड़ा अच्छा, गाहक सारा सैटिस्फाई। ओके, मतलब सारी जी जनरेशन ताड़ी पीढ़ी दर पीढ़ी, हाँ यही चल रही है, पिछों में आ रही है तो अगे भी चल रही है। ठीक है जी, मतलब उन्होंने ही आप फिर गल कर लें जी चल के, है ना, चलते हैं जी इन्हों के पोतिया के कोल चलते हैं, उन्होंने भी करते हैं कुछ गलबात। मैं जी पहुंच चुकी हूं जी श्री जनक राज जी के ग्रैंड सन्स जी के कोल। हैलो जी, की हाल चाल ने? सर सब तो पहला सानू ये दसो जी गुरदासपुर शहर के विच जी मतलब इस तुहाडी ज्वेलरी हाउस ने बहुत नाम कमाया होया है जी, की खास गल है तुहाडी ज्वेलरी के विच? सी मेजरली ज्वेलरी
ਐਜ਼ ਪਰ ਟ੍ਰਡੀਸ਼ਨ ਜੋ ਚੱਲ ਰਿਹਾ ਹੁੰਦਾ ਹੈ ਡਿਜ਼ਾਇਨਿੰਗ, ਉਹਦੇ ਅਕੋਰਡਿੰਗਲੀ ਪਲੱਸ ਪਿਓਰਿਟੀ ਐਂਡ ਕਸਟਮਰ ਸੈਟਿਸਫੈਕਸ਼ਨ ਮੇਜਰ ਇਹੀ ਚੀਜ਼ਾਂ ਨੇ ਜਿਹਦੇ ਕਰਕੇ ਕਸਟਮਰ ਵੀ ਸਾਡੇ ਨਾਲ ਜਨਰੇਸ਼ਨ ਟੂ ਜਨਰੇਸ਼ਨ ਜੁੜੇ ਹੋਏ ਨੇ। ਟਾਈਮ ਚੇਂਜ ਹੁੰਦਾ ਹੈ ਅਤੇ ਸਭ ਕੁਝ ਚੇਂਜ ਕਰਨਾ ਚਾਹੀਦਾ ਹੈ, ਸੋ ਵੀ ਚੇਂਜਿੰਗ ਡਿਜ਼ਾਇਨਿੰਗ ਆਲਸੋ, ਜੋ ਅੱਜ ਕੱਲ੍ਹ ਲੇਟੈਸਟ ਟ੍ਰੈਂਡ ਚੱਲ ਰਹੇ ਨੇ। ਓਕੇ, ਅੱਜ ਕੱਲ੍ਹ ਵੈਸੇ ਕੀ ਟ੍ਰੈਂਡ ਚੱਲ ਰਿਹਾ, ਜ਼ਿਆਦਾ ਲੇਡੀਜ਼ ਕੀ ਲਾਈਕ ਕਰ ਰਹੀਆਂ ਨੇ? ਸੀ ਐਜ਼ ਬਟ ਟੂਡੇ ਡਾਇਮੰਡਸ ਫੋਰ ਐਵਰ, ਤੁਹਾਨੂੰ ਪਤਾ ਹੀ ਹੈ ਡਾਇਮੰਡਸ ਦੀ ਬਹੁਤ ਡਿਮਾਂਡ ਹੈ, ਡਾਇਮੰਡਸ ਦੀ ਕਾਫੀ ਕਰੇਜ਼ ਹੈ ਲੇਡੀਜ਼, ਪਲੱਸ ਅਗੇਨ ਬੈਕ ਟ੍ਰਡੀਸ਼ਨਲ ਜੂਲਰੀ ਦਾ ਫਿਰ ਤੋਂ ਟ੍ਰੈਂਡ ਆ ਗਿਆ, ਲੋਕ ਫਿਰ ਤੋਂ ਟ੍ਰਡੀਸ਼ਨਲ ਜੂਲਰੀ ਮੰਗਦੇ ਨੇ ਜਿਹੜੀ ਓਲਡ ਜੂਲਰੀ ਸੀ। ਸੋ ਐਂਡ ਆਈ ਥਿੰਕ ਅਸੀਂ ਕਾਫੀ ਕੁਛ ਉਹਦੇ ਵਿੱਚ ਰੱਖਿਆ ਹੋਇਆ ਸਮਾਨ, ਤੇ ਜੋ ਕਿ ਪੂਰੀ ਤਰ੍ਹਾਂ ਸੈਟੀਸਫਾਈਡ ਰਹੇ, ਫੀਡਬੈਕ ਬਿਲਕੁਲ ਪੋਜ਼ਿਟਿਵ ਆਉਂਦੀ ਹੈ ਅੱਜ ਤੱਕ। ਯੈਸ, ਇਨਸ਼ਾਅੱਲਾ ਅੱਗੇ ਵੀ ਆਉਂਦੀ ਰਹੇਗੀ ਜੀ, ਪੋਜ਼ਿਟਿਵ ਵੀ ਆਉਂਦੀ ਰਹੇਗੀ। ਥੈਂਕ ਯੂ ਸੋ ਮਚ ਜਤਿਨ ਜੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸੋ ਦੋਸਤੋ, ਇਹ ਸੀ ਜੀ ਸ਼੍ਰੀ ਜਨਕ ਰਾਜ ਕੋਵਲ ਐਂਡ ਸੰਸ ਜਵੈਲਰੀ ਹਾਊਸ ਦੀ ਮੈਨੇਜਮੈਂਟ ਟੀਮ, ਜਿਨ੍ਹਾਂ ਨਾਲ ਕੀਤੀ ਆਪਾਂ ਗੱਲਬਾਤ। ਇਸ ਦੇ ਨਾਲ ਹੀ ਮੈਂ ਅੱਜ ਦੇ ਐਪੀਸੋਡ ਦੀ ਸਮਾਪਤੀ ਕਰਦੀ ਹੋਈ ਤੁਹਾਡੇ ਤੋਂ ਲੈਣੀ ਅਵਿਦਾ, ਤੇ ਵਾਅਦਾ ਕਰਦੀ ਹਾਂ ਜੀ ਅਗਲੇ ਹਫਤੇ ਫੇਰ ਮਿਲਾਂਗੇ ਇੱਕ ਨਵੇਂ ਖੂਬਸੂਰਤ ਸ਼ਹਿਰ ਦੀ ਸੈਰ ਲੈ ਕੇ। ਤਦ ਤੱਕ ਦੇ ਲਈ ਤੁਸੀਂ ਰੱਖਿਓ ਆਪਣਾ ਖਿਆਲ ਐਂਡ ਕੀਪ ਵਾਚਿੰਗ ਸੈਰ ਪੰਜਾਬ ਦੀ। ਤੇ ਤੁਹਾਡੇ ਲਈ ਇੱਕ ਹੋਰ ਵੀ ਖੁਸ਼ਖਬਰੀ ਹੈ ਜੀ, ਤੁਸੀਂ ਹੁਣ ਆਪਣੇ ਫੇਵਰੇਟ ਸ਼ੋਅ ਸੈਰ ਪੰਜਾਬ ਦੀ ਦੇ ਸਾਰੇ ਹੀ ਐਪੀਸੋਡਸ ਆਨਲਾਈਨ ਵੀ ਵੇਖ ਸਕਦੇ ਹੋ। ਸਾਡੀ ਵੈਬਸਾਈਟ ਨੋਟ ਕਰ ਲਓ, www.sairpanjabi.com।